ಇಮಿಯ ಬಬ್ಬು ಕಾಲಡ, ಬಬ್ಬು ಕಾಲಡ ಸ್ನೇಹಿತಾವೆ, ಬಬ್ಬು ಕಾಲಡ ಪಹಲಿ ಕಬಡ್ಡಿ ಪಾಂಡಲಿ ಬೆಕ್ಕಾ ಶಾತ್ರ ಪಿಂಡ ಖೇಡ ಮನ ಆನ ਵਿੱਚ ਵੱਧ ਗਿਆ ਲਓ ਸਾਹਮਣੇ ਚਾਰ ਜਾਫੀ ਹੈ ਦਿਓਗੜ ਦੀ ਧਰਤੀ ਦੇ ਕਿਹੜਾ ਮੁੰਡਾ ਲਾਊਗਾ ਜੱਫਾ ਕਿ ਆਪਣੇ ਦੰਦ ਚੀਣ ਦੀ ਕੰਧ ਜਿਹੀ ਮਜ਼ਬੂਤੀ ਨਾ ਜਦੋਂ ਪੈ ਜੇ ਪੁੱਠੀ ਤੇ ਫਿਰ ਗੱਲ ਕਸੂਤੀ ਨਾ ਲਓ ਪਹਿਲਾ ਪੁਆਇੰਟ ਬਿਕਰਮਜੀਤ ਸਿੰਘ ਨੇ ਜੋੜ ਦਿੱਤਾ ਆਪਦੀ ਟੀਮ ਦੇ ਹਿੱਸੇ ਵਿੱਚ ਲੈ ਵੀ ਸ਼ਾਤਰ ਵਾਲਿਓ ਖਿੱਚੋ ਤਿਆਰੀ ਮੁੰਡਾ ਫਤਿਆਬਾਦ ਜ਼ਿਲ੍ਹੇ ਦੇ ਕਹਿੰਦੇ ਵੀ ਖੂਨਣ ਪਿੰਡ ਵਿੱਚ ਜੰਮਿਆ ਗੁਰਿੰਦਰ ਸਿੰਘ ਨਾਮ ਹੈ ਤੇ ਚੜ੍ਹਦੀ ਵਰੇਸ਼ ਦਾ ਖਿਡਾਰੀ ਕਬੱਡੀ ਪਾ ਰਿਹਾ ਲਓ ਚਾਰ ਜਾਫੀ ਹੈ ਇੱਕ ਪਾਸੇ ਕਾਲੇ ਦਾ ਹਰੀਗੜ ਕਿੰਗਣ ਪਿੰਡ ਹੈ ਨਾਲ ਕਹਿੰਦੇ ਛੋਟਾ ਪਾਲਾ ਮੂੰਡ ਵਾਲਾ ਟਿੰਕੂ ਇਹਨੂੰ ਕਹਿੰਦੇ ਆ ਛੋਟਾ ਪਾਲਾ ਲਓ ਟਿੰਕੂ ਮੂੰਡ ਤੇ ਗੁਰਿੰਦਰ ਪੁਆਇੰਟ ਜੋੜ ਗਿਆ ਦਿਓਗੜ ਦੀ ਟੀਮ ਲਈ ਲਓ ਮੂੰਡ ਵਾਲਾ ਬਿੱਲੂ ਇਹ ਨੌਜਵਾਨ ਹਰਿਆਣਾ ਸਰਕਾਰ ਵਿੱਚ ਪੰਚਾਇਤ ਸੈਕਟਰੀ ਬਤੌਰ ਭਰਤੀ ਹੋਇਆ ਕਬੱਡੀ ਖੇਡਦਿਆਂ ਖੇਡਦਿਆਂ ਉਧਰਲੇ ਪਾਸੇ ਦਿਓਗੜ ਦੀ ਧਰਤੀ ਦੇ ਚਾਰ ਜਾਫੀ ਹੈ ਕਿਹੜਾ ਮੁੰਡਾ ਹੁਣ ਲਾਊਗਾ ਜੱਫਾ ਕਰਾਊਗਾ ਬੱਲੇ ਬੱਲੇ ਪਈ ਹੋਈ ਕਬੱਡੀ ਹੈ ਕਿ ਨਸ਼ਿਆਂ ਵਿੱਚੋਂ ਨਸ਼ਾ ਸਮਾਇਕ ਦਾ ਮਾੜਾ ਮਾੜਾ ਸਭ ਤੋਂ ਇਸ਼ਕ ਜਨਾਨੀਆਂ ਦਾ ਪਾਪੀ ਬੰਦੇ ਨੂੰ ਲਾਨਤਾਂ ਜੱਗ ਪਾਉਂਦਾ ਲੋਕੀ ਕਰਦੇ ਮਾਨ ਸਦਾ ਦਾਨੀਆਂ ਦਾ ਬੰਦਾ ਲੋੜ ਤੋਂ ਵੱਧ ਗਰੀਬ ਮਾੜਾ ਬਹੁਤਾ ਪੈਸਾ ਮੁੱਢ ਪਰੇਸ਼ਾਨੀਆਂ ਦਾ ਰਾਜ ਲਹੇੜੀ ਤੂੰ ਛੱਡ ਦੇ ਐਬ ਸਾਰੇ ਮਾਂ ਲੈ ਨਿੱਘ ਜਵਾਨੀਆਂ ਦਾ ਮਾਂ ਲੈ ਨਿੱਘ ਜਵਾਨੀਆਂ ਦਾ ਅਗਲੀ ਕਬੱਡੀ ਤਾਰਾ ਤਾਰਾ ਤੇ ਕਾਲਾ ਹਰੀਗੜ ਕਿੰਗਣਾ ਵਾਲਾ ਇੱਕ ਪਾਸੇ ਦਿਓਗੜ ਵਾਲਾ ਇੱਕ ਪਾਸੇ ਹਰੀਗੜ ਵਾਲਾ ਤੇ ਪੁਆਇੰਟ ਜਿਹੜਾ ਕਾਲੇ ਦਾ ਜਫਾ ਨਹੀਂ ਲੱਗਿਆ ਤਾਰਾ ਆਪਦੀ ਟੀਮ ਲਈ ਪੁਆਇੰਟ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਪ੍ਰਦੀਪ ਮੇਰੇ ਵੀਰ ਪ੍ਰਦੀਪ ਛਾਤਰ ਵਾਲਾ ਕਲੀ ਵਾਲਾ ਵੀਰ ਉਹ ਦਾਇਰਾ ਲੈਣ ਤੇ ਕਲੀ ਪਾਵੇ ਵੀਰੇ ਕਲੀ ਵਾਲਾ ਵੀਰ ਉਹ ਦਾਇਰਾ ਲੈਣ ਤੇ ਕਲੀ ਪਾ ਦੇ ਲਓ ਪ੍ਰਦੀਪ ਦੀ ਰੇਡ ਚਾਰ ਖਿਡਾਰੀ ਹੈ ਕਰਦੇ ਆ ਸਾਹਮਣਾ ਜੋ ਅੰਪਾਇਰ ਦਾ ਫੈਸਲਾ ਅੰਤਿਮ ਮੰਨਿਆ ਜਾਵੇਗਾ ਇਹ ਪ੍ਰਦੀਪ ਸਿਆਮ ਇਹ ਨਾ ਗੱਲ ਨਹੀਂ ਬਣਨੀ ਮਿੱਤਰਾ ਬਿਲਕੁਲ ਗੁੱਡ ਜਜਮੈਂਟ ਹੈ ਪੁਆਇੰਟ ਗੇਟ ਜੇ 81 ਅਲਟੋ ਖੜੀ ਹੈ ਉਹ ਕਿਸੇ ਟੀਮ ਵਾਲੇ ਖਿਡਾਰੀਆਂ ਨੇ ਗੱਡੀ ਕੱਢਣੀ ਹੈ ਉਹ 81 ਅਲਟੋ ਵਾਲਾ ਵੀਰ ਆਪਦੀ ਗੱਡੀ ਪਾਸੇ ਕਰ ਲਵੇ ਲਓ ਖੇਡ ਮੈਦਾਨ ਵਿੱਚ ਗੁਰਿੰਦਰ ਦੀ ਕਬੱਡੀ ਹੈ ਤੇ ਕਾਲਾ ਹਰੀਗੜ ਕਿੰਗਣਾ ਵਾਲਾ ਪਰ ਪੁਆਇੰਟ ਜਿਹੜਾ ਗੁਰਿੰਦਰ ਜੋੜਦਾ ਹੋਇਆ ਦਿਓਗੜ ਦੀ ਟੀਮ ਦੇ ਲਈ ਅਗਲੀ ਕਬੱਡੀ ਬਿੱਕਾ ਛਾਤਰ ਵਾਲਾ ਖੇਡ ਮੈਦਾਨ ਵਿੱਚ ਪਾ ਰਿਹਾ ਜਸਕੌਰ ਬਰਾੜ ਗੁਰਪ੍ਰੀਤ ਸੇਖੋ ਲਖਵਿੰਦਰ ਖੰਗੂੜਾ ਤੇ ਰਾਜਵਿੰਦਰ ਸੇਖੋ ਮੱਲੇਕਾ ਤੋਂ ਵਿਸ਼ੇਸ਼ ਤੌਰ ਤੇ ਆਏ ਇਸ ਮੈਚ ਦਾ ਆਨੰਦ ਮਾਣਦੇ ਜ਼ਿੰਦਗੀ ਦੇ ਪਰਮ ਮਿੱਤਰ ਹੈ ਜੋ ਬੜਾ ਸੋਹਣਾ ਕਬੱਡੀ ਟੂਰਨਾਮੈਂਟ ਵੀ ਕਰਾਉਂਦੇ ਹੈ ਉਧਰ ਸੰਤ ਬਾਬਾ ਪ੍ਰੀਤਮ ਸਿੰਘ ਜੀ ਸਪੋਰਟਸ ਕਲੱਬ ਰਾਣੀਆਂ ਦੀ ਸਾਰੀ ਟੀਮ ਆਈ ਹੈ ਆਉਣ ਵਾਲੇ ਦਿਨਾਂ ਵਿੱਚ ਬਹੁਤ ਤਕੜਾ ਕਬੱਡੀ ਦਾ ਮਹਾਕੁੰਭ ਹੋਊਗਾ ਉਹ ਸਾਰੀ ਦੀ ਸਾਰੀ ਟੀਮ ਨੂੰ ਜੀ ਆਇਆਂ ਆਖਦੇ ਹੈ ਮਿੱਤਰ ਹੈ ਸਭ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹੈ ਲਓ ਇੱਧਰ ਪੁਆਇੰਟ ਹੈ ਜਿਹੜਾ ਇਹ ਬਿੱਕੇ ਨੂੰ ਜੱਫਾ ਲਾ ਕੇ ਤੇ ਦਿਓਗੜ ਦੀ ਟੀਮ ਹੈ ਕਿ ਜਦ ਤੱਕ ਤੀਰ ਕਮਾਨ ਵਿੱਚ ਕੁਛ ਵੀ ਹੋ ਸਕਦਾ ਹੈ ਲਓ ਪਈ ਕਬੱਡੀ ਤੇ ਤਾਰਾ ਜੋੜ ਗਿਆ ਪੁਆਇੰਟ ਮੇਰੇ ਵੀਰੋ ਪੂਰਾ ਚੋਟੀ ਦਾ ਮੈਚ ਹੈ ਕਾਲੀ ਆ ਗਿਆ ਛਾਤਰ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ ਮੂਸਵਰੇ ਗਰਾਊਂਡ ਚ ਭੇਜ ਦਿਓ ਜੀ ਮੂਸਵਰੇ ਕਾਲੀ ਛਾਤਰ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀ ਹੈ ਦਿਓਗੜ ਪਿੰਡ ਦੇ ਕਿਹੜਾ ਮੁੰਡਾ ਹੁਣ ਲਾਊਗਾ ਜੱਫਾ ਪਈ ਹੋਈ ਕਬੱਡੀ ਹੈ ਕਿ ਕਰ ਕਰ ਮਿਹਨਤਾਂ ਸਰੀਰ ਬਣਾਏ ਸਾਨੂੰ ਪੁੱਛਦੇ ਲੋਕੀ ਤੁਸੀਂ ਕਿਹੜੀ ਮਾਂ ਦੇ ਜਾਏ ਇੱਧਰ ਪੈ ਗਈ ਪੁੱਠੀ ਪੈ ਗਈ ਪੁੱਠੀ ਪੈ ਗਈ ਪੁੱਠੀ ਮੇਰੇ ਵੀਰੋ ਲਓ ਰੱਬ ਕਿਸੇ ਤੇ ਪੁੱਠੀ ਨਾ ਪਾਵੇ ਮੂਸਵਰੇ ਗਰਾਊਂਡ ਚ ਭੇਜ ਦਿਓ ਜੀ ਮੇਰੀ ਬੇਨਤੀ ਹੈ ਪੁਆਇੰਟ ਦਿਓਗੜ ਦੀ ਟੀਮ ਦਾ ਤਾੜੀਆਂ ਮਾਰ ਦਿਓ ਜੀ ਜੱਫਾ ਵਧੀਆ ਲੱਗਿਆ ਅਗਲੀ ਕਬੱਡੀ ਗੁਰਿੰਦਰ ਖੇਡ ਮੈਦਾਨ ਵਿੱਚ ਖੂਨਣ ਪਿੰਡ ਵਾਲਾ ਦਿਓਗੜ ਦੀ ਟੀਮ ਦੇ ਲਈ ਪਾ ਰਿਹਾ ਲਓ ਚਾਰ ਜਾਫੀ ਹੈ ਲੈ ਵੀ ਮਨੋਜ ਖੇਡਿਆ ਪਾਕਿਸਤਾਨ ਵਿੱਚ ਇੰਡੀਆ ਦੀ ਟੀਮ ਦੇ ਲਈ ਨਾਲ ਰਾਜੂ ਦਾ ਨਾਂ ਚੱਲਦਾ ਲਵੀ ਕਾਲਿਆ ਲਵੀ ਪਾਲਿਆ ਛੋਟਾ ਪਾਲਾ ਮੂੰਡ ਵਾਲਾ ਕਹਿੰਦਾ ਮੈਨੂੰ ਹੀ ਛੱਡੋ ਕਿ ਖੁੱਚ ਕੱਢਣੀ ਤੇ ਲਾਉਣੀ ਔਖੀ ਹੁੰਦੀ ਕਬੱਡੀ ਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ ਲਓ ਮੂੰਡ ਵਾਲਾ ਬਿੱਲੂ ਕਿ ਮਸਲਾ ਜਿੱਤਦਾ ਬਣ ਗਿਆ ਬਿੱਲੂ ਦੋ ਦੋ ਰੇਡਾਂ ਪਾ ਦੇ ਲਓ ਇੱਕ ਪਾਸੇ ਬਿੱਲੂ ਮੂੰਡ ਹੈ ਤੇ ਦੂਸਰੇ ਪਾਸੇ ਦਿਓਗੜ ਵਾਲਾ ਇਸ ਨੇ ਕੀ ਅੰਪਾਇਰ ਦਾ ਫੈਸਲਾ ਹੈ ਕੀ ਫੈਸਲਾ ਹੈ ਕਿ ਪੁਆਇੰਟ ਜਾਫੀ ਦਾ ਨਹੀਂ ਬਈ ਜੋ ਅੰਪਾਇਰ ਦਾ ਫੈਸਲਾ ਉਹ ਸੁਰੇ ਉਹ ਛਾਤਰ ਵਾਲੇ ਹੈਲੋ 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 ਕੋਈ ਡਿਸਕਸ ਰੈਫਰੀ ਨਾਲ ਨਹੀਂ ਰੈਫਰੀ ਦਾ ਫੈਸਲਾ ਆਲ ਇਨ ਆਲ ਹੈ ਮਨੋਜ ਰੈਫਰੀ ਦਾ ਫੈਸਲਾ ਆਲ ਇਨ ਆਲ ਹੈ ਮਨੋਜ ਨੋ 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 ਕੋਈ ਡਿਕਟੇਟ ਕਰਨ ਦੀ ਕੋਸ਼ਿਸ਼ ਨਾ ਕਰੇ ਰੈਫਰੀ ਦਾ ਫੈਸਲਾ ਜਿਹੜਾ ਅੰਤਮ ਹੈ ਭਾਈ ਮੈਂ ਬੋਲਤਾ
दलजीत भीरे बॉडी स्प्रे मूह स्प्रे भेज दलजीत जा काली लाओ कबड्डी खेड मैदान विच तारे दी खेड मैदान विच पैंदी है केड़ा गबरू लाऊगा जफा लाओ खेडा विचो खेड कबड्डी शान पंजाबियां दी इस दे विच बसदी लोको जिंद जान पंजाबियां दी ए आ छोटा पाला मूंड वाला टिंकू ला जफा पॉइंट ऑफ दी टीम दे जोड़ गया बिक्का छत्र वाला चार खिडारी है केड़ा मुंडा हुण लाऊगा जफा मेरे वीरो कराऊगा बल्ले बल्ले खेड मैदान विच पिछवी कबड्डी दे सामने केड़ा गबरू तन जोर जवाना दा लैजन भरिया मेला लुट के मुल पैन शरीरां दे जिन्हां ने लाइया मेहनत उठ के ए अड़ियल घोड़े ने करजां दे मनमानी ते राजे खेले हट पिछे लुडियां पाउंदी फिरे जवानी लुडियां पाउंदी फिरे जवानी लो बहुत सोहना पॉइंट है बिक्के ने जोर दिता है गुरिंदर दी रेड है चार महारथी है कबड्डी दे हरियाणे वाले कौन इस समय मंडोल जा राजू जा हरीगढ़ किंगणा वाला जा मूंड वाला हरीगढ़ किंगण दा काला काला कले डगदा लुद्र संदीप वर्गिया नूं मेरे वीरो पंजाब दे मैदानां विच लो काला ते गुरिंदर बल्ले बल्ले अगली कबड्डी काली छात्र वाले दी है खेल मैदान विच लो पई हुई रेड ते केड़ा मुंडा हुण जाऊगा जफा पुट्ठी दी कोशिश पर मुंडिया हर दिन बुधवार नहीं हुंदा लो पॉइंट है जेड़ा इस समय काली छात्र वाला दी टीम दे से जोड़ गया साडे विच साडे मानयोग प्रोफेसर गणेशी राज जी दे साहिबजादे मनीष जी पहुंच गए ने असीं उहनां दे बहुत बहुत धन्नवादी हां साडे प्रोफेसर गुड जज साहब जिन्हां को असीं पढ़िया परमजीत सिंह जी संधू हरियाणा पुलिस मनीष गणेशी लाल जी दे साहिबजादे मनीष जी साडे पहुंच चुके ने उहनां नूं क्लब वालों और नगर निवासियों वालों जी आया आख्या जांदा है बहुत तगड़ा मैच खेड मैदान विच खेडिया जा रहा है अगली रेड पाउण दे लई गुरिंदर फिर वाधा होया लो सामने चारा विचों केड़ा मुंडा करूगा ट्राई एक पासे छात्र दी मनी परमनी टीम है साधन बास ते नार नौंद बधावर ते अमरजीतपुरा देवन ते करांगणा पखो ते अली कानिया टीम है लो छात्र बड़ा मंडोज मेरे वीरो जो फणी ला सके हाफ समा हो गया इस मैच दा अद्धा समा नहीं जो लभ्या हुसन पंजाब वर्गा ना फुल ते ना फुलकारियां ने यार नहीं मिलिया यार लई मरन वाला झूठे प्यार दे फोकियां यारियां ने जंग इश्क दी होवे जे दुश्मनी दी मल्ला तुसां पंजाबियों मारियां ने मखण बराड दे कुमली कुलदरियां सची विच पंजाब सरदारियां ने छात्र दी टीम दे साढ़े अठ ते द्यौगड़ दे दस नंबर ताड़ी मार दे दर्शक वीरू साढ़े अठ ते दस ए हाम समय दा स्कोर है बहुत बहुत धन्यवाद शहीद अमरजीत सिंह संधु दे बेटे अजयपाल संधु ते सुखमीत संधु जिन्हां वल्लों 1,51,000 रुपया इस खेड क्लब दे लई भेजा गया आपके पिता की याद दे विच नाल ही अमरीक सिंह जी संधु दे बेटे सोहन सिंह ते मनमोहन सिंह उन्हां वल्लों 21,000 इस खेड क्लब दे लई दिता गया सुरेंद्रपाल सिंह जी सरपंच उन्हां वल्लों 15,000 ते वड्डा सहयोग इस खेड मेले नूं आनंद सिंगला जी बिट्टू ढिल्लों जूके सुरेंद्र भाटिया ओम सिने गार्डन ते नाल रॉयल हवेली ते शरणजीत सिंह जी रंधावा जर्मन वाले जो प्रधान है शहीद अमरजीत सिंह संधु स्पोर्ट्स क्लब दे हाफ टाइम तो बाद पहली कबड्डी बिक्का छात्र पिंड दा जेडे मर्जी पा लो लास्ट दूजी दी पावांगे कोई मर्जी पा लो कबड्डी बराबर रखांगे लास्ट दूजी दी पावांगे जिहदी मर्जी पवाला दीपिया विरोधी दी लास्ट रेड पवा के मैच बंद करना है हां जी टीमां आ जाणगियां अगलियां साधन वास्ते नार नौ दा मैच होगा अमरजीतपुरा ते बधावर दी गल होगी उस तो बाद देवन ते करांगणा अलीकां दे पखो दी गल लाओ गुरिंदर खोलण वाला कबड्डी पा रहा है चार जाफी है सामना करदे है इत्थे छोटी उम्र विच भगत सिंह ने गोरियां नाल मत्था लाया अणकी ऊधम सिंह ने लंदन में जाके बैरी नू मार मकाया बाबे दीप सिंह ने धर्म की खातर खंडा कड़खाया कि नबी सेल बरे वाले पंजाबियों की कौम बखरी है गुरु गोबिंद सिंह ने बखरा धर्म बनाया लो छात्र पिंड का मनोज है मेरे वीरो खेड मैदान में इस समय करता हुआ जफे की गल ते पॉइंट है जेड़ा इस समय
परमजीत सिंह ने भी सिर हिलाता भी मुंडिया हुण गल औखी हो गई है, गल औखी हो गई है। कहिंदा बुक्के दी कबड्डी है, उच्चा लम्मा गभरू उच्ची उहदी हेक, फड़ी नी भाबो पूणिया मैं कौडी आवां वेख। लो बिक्का छात्र वाला कबड्डी पा रहा है, चार जाफी है, किहड़ा मुंडा उसे मुंडे ने फेर पाती पुठी, पाती पुठी। करता कमाल, करता कमाल के एवें गौर मैं कर ली तेरिया गल्लां कईआं ते, नानर लाके छड़ा तू करता गड्डा डइआं ते, करता गड्डा डइआं ते। गुरप्रीत सिंह जी सेखो मल्ले कां तों इस जाफी लई 100 दे मान सम्मान भेजदे आ जिहड़े मुंडे ने हुण जो फल आया। गुरप्रीत सेखो जी मल्ले कां। अगलिया टीमां साधन वास दा मैच नारनौंद नाल, बधावड़ दा अमरजीतपुरे नाल। लो छोटा पाला खेड मैदान विच मूंड वाला टिंकू पॉइंट ऑफ दी टीम दे हिस्से जोड़ गया। अगली कबड्डी पाउण दे लई मूंड वाला बिल्लू खेड मैदान विच बच चुके है, चार जाफी है, हरियाणे की धरती है, अमरजीतपुरा पिंड, शहीद अमरजीत सिंह उस महान योधे ने इस पिंड का नाम अपने देश लई शहादत दे के पूरी दुनिया विच रचनाया है। लो मूंड वाला बिल्लू है ते पॉइंट ऑफ दी टीम दे हिस्से विच जोड़ गया। अगली कबड्डी पाउण लई खेड मैदान विच तारा वाधा होया है, लो चार जाफी है, एक तारा वजदा बे रांझना नूर मोहल दी मोरी। चल न्या करवाणा सोनिया तू काला मैं गोरी, इहनू ऐ पाला कहिंदे आ। वेर वेर के जफे लाउंदा पप्पू जदों खेड्या ना संगर दे कबड्डी कप दे, अज तो 2 साल पहलां दे दुनिया लुट ली इस मुंडे ने। बड़े समय बाद इस साल चौथा पंजवां मैच है इस जाफी दा, छोटे पाले दा मूंड वाले दा। लो पई हुई कबड्डी काली दी है, पर त्यौगड़ वाले कहिंदा भी जो भी करना है कर ली, बंज बराबर कड्डांगे, पर काली है छात्र वाला। यह भी मुंडा बड़ा शार्प ब्रेन धावी है जिहड़ा पॉइंट जोड़ गया अपनी टीम के हिस्से। अगली कबड्डी पाउण लई गुरिंदर फिर वाधा होया, सामने चार जाफी है, कि तुरपिया पाले तो मार के थापी, खड़ गए जाफी करन सलावा, भी पै गया रौला हथ ला गया गमले नूं वाफरीने, लोको फड़ने सौखे नहीं, रेडर दा लक मिर्ग दी लत, उड़ना सप कबूतर चीने, काला हरीगढ़ किंगणा वाला है पर पॉइंट है जिहड़ा रेडर दा। अगली कबड्डी पाउण लई बिक्रमजीत सिंह बिक्का छात्र पिंड वाला बच चुके है, चार जाफी है, मार दे पट्टा ते थापियां ने, किहड़ा नौजवान इस समय लाऊगा जफा। पई हुई कबड्डी है कि मां खेड कबड्डी दा मेला, लाओ सामने द्यौगड़ पिंड वाला गभरू इस समय कैंची लाउण दी करदा कुछ भरियां बगदा, पर छात्र वाला बिक्का पॉइंट आपदी टीम दे हिस्से जोड़ गया, पॉइंट आपदी टीम दे हिस्से जोड़ गया। अगली रेड पाउण दे लई इस समय नौजवान गभरू शिखांदरू जा मुंडा आ गया कबड्डी पाउण दे लई द्यौगड़ दी टीम दे लई। कौन सामने चार जाफी छात्र पिंड वाले है, मनोज है, आल राजू है, छोटा पाला ते काला हरीगढ़ किंगणा दा। लो पै गया छोटा पाला खेड दे मैदान विच, फड़िया होया गुट है, लाउंदा होया जफा है, कराउंदा बल्ले बल्ले मेरे वीरो। अगली कबड्डी देखांगे भी किस खिडारी दे हिस्से आवेगी। लो इधरले पासे बल्ले बल्ले हो गई, समा बीत गया है, समा समुंदर दियां लहरां ते मौत किसे दा इंतजार नहीं करदी। वे करांगणा दी जिहड़ी टीम है ओपन कबड्डी दी, उहदे सारे प्लेयर अगले स्टेज ते आउण विद प्रूफ। मूंड वाला बिल्लू दलजीत नूं मिल लैण, करांगणा वाली पूरी टीम, करांगणा दी टीम दे प्लेयर स्टेज ते प्रबंधकां नूं मिल लैणगे, मेरी बेनती है। अगली कबड्डी पाउण दे लई गुरिंदर फिर वाधा होया, चार जाफियां विचों किहड़ा नौजवान हुण लाऊगा जफा। ਜਿਹੜੇ ਜੋਸ਼ ਦੇ ਨਾਲ ਤਕਨੀਕ ਖੇਡਣ ਪੈਂਦਾ ਮੁੱਲ ਉਹਨਾਂ ਖਿਡਾਰੀਆਂ ਦਾ, ਬਿਨਾਂ ਮਿਹਨਤਾਂ ਨਹੀਂ ਸਰੀਰ ਵਿੱਚ ਜਾਨ ਆਉਂਦੀ, ਮਿਲਦਾ ਨਹੀਂ ਮੌਕਾ ਜੰਗ ਦੇ ਲੰਮੀਆਂ ਪਾਰੀਆਂ ਦਾ, ਪੁੱਤਾਂ ਬਗਾਨਿਆਂ ਨੂੰ ਜਿੱਤਣਾ ਬੜਾ ਔਖਾ, ਪਤਾ ਲੱਗ ਜੇ ਤਕਨੀਕਾਂ ਸਾਰੀਆਂ ਦਾ, ਰਸ਼ੀਨ ਬਾਲਿਆ ਬਿਨਾਂ ਤਪੱਸਿਆ ਨਹੀਂ ਕਦੇ ਪਲੇਅਰ ਬਣਦਾ, ਮਿਲਦਾ ਨਹੀਂ ਮੌਕਾ ਜੰਗ ਦੇ ਸੁਪਰ ਸਟਾਰੀਆਂ ਦਾ। ਪਰ ਪੁਆਇੰਟ ਕਰਾਂਗਣਾ ਦੇ ਵੀ ਹੱਥ ਤੇ ਕਰਾਂਗਣਾ ਪੂਰੀ ਟੀਮ ਰਾਪੂਸ ਕਮਾਂਡੋ ਦੇ ਦਲਜੀਤ ਸੰਧੂ ਨੂੰ ਮਿਲ ਲੈਣਾ। ਹਾਂਜੀ ਘਰਾਂਗਣੇ ਦੀ ਟੀਮ ਉਹ ਮਿਲ ਲਵੇ ਇੱਥੇ ਪ੍ਰਬੰਧਕਾਂ ਨੂੰ ਆ ਕੇ, ਮੇਰੀ ਬੇਨਤੀ ਹੈ। ਲਓ ਛਾਤਰ ਪਿੰਡ ਵਾਲਾ ਕਾਲੀ ਪਾ ਰਿਹਾ ਕਬੱਡੀ ਖੇਡ ਰਹੇ ਮੈਦਾਨ ਵਿੱਚ ਤੇ ਜੋੜ ਗਿਆ ਪੁਆਇੰਟ ਆਫ ਦੀ ਟੀਮ ਦੇ ਹਿੱਸੇ ਵਿੱਚ। ਤਾਰਾ ਆ ਗਿਆ ਕਬੱਡੀ ਪਾਉਣ ਦੇ ਲਈ, ਚਾਰ ਖਿਡਾਰੀ ਤਿਆਰ ਹੈ, ਕਿਹੜਾ ਮੁੰਡਾ ਹੁਣ ਲਾਜਫ ਹੈ ਪੁਆਇੰਟ ਆਫ ਦੀ ਟੀਮ ਦੇ ਹਿੱਸੇ ਵਿੱਚ ਜੋੜੂਗਾ। ਰੇਡ ਖਰੀ ਕਬੱਡੀ ਵਿੱਚ ਤਾਂ ਪੈਂਦੀ ਹੋਵੇ ਜੇ ਪਿੰਡੇ ਵਿੱਚ ਫੁਰਤੀ ਬਾਜ ਵਰਗੀ, ਇੱਕ ਹੱਥਾਂ ਦੀ ਪਕੜ ਮਜ਼ਬੂਤ ਹੋਵੇ, ਜਵਾਨੀ ਉੱਡਣੇ ਪਰਿੰਦਿਆਂ ਨੂੰ ਘੇਰ ਫੜਦੀ, ਦੁਨੀਆ ਆਪਣੀ ਥਾਂ ਤੋਂ ਨਹੀਂ ਹਿਲਦੀ, ਜਦੋਂ ਮੈਚ ਕਬੱਡੀ ਦਾ ਦੇਖਣ ਦੇ ਲਈ ਆਣ ਖੜਦੀ, ਸੋਹਣੀ ਮਾਂ ਖੇਡ ਪੰਜਾਬੀਆਂ ਦੀ ਚੌਹਾਨ ਯਾਰਾ,
ਉਹ ਲੱਖਾਂ ਲੋਕਾਂ